सरबत भारत सेवा दल रजिस्टर्ड पंजाब वालों केंद्र की मोदी सरकार का पुतला फूकया गया। यह पुतला गुरुद्वारा दुख निवारण साहब पटियाला खंडा चौंक में फूकया गया। सरबत भारत सेवा दल पंजाब के प्रधान डी एस चौहान वालों आवाजेकॉम टीवी भेजे गए प्रेस नोट के मुताबिक इस मौके से सुखजीत सिंह मंगा, गुरदीप सिंह, रतन नगर, गुरचरण सिंह, गुरमीत सिंह, आमना सिंह, सतनाम सिंह, मलकीत सिंह, महेंद्रपाल सिंह, भजन सिंह, मस्तान सिंह, शमशेर सिंह, दविंद्रपाल सिंह, लखा सिमरजीत सिंह आदि मैंबर ते इलाका निवासी हाजिर सन। ਕਿੰਨਾ ਵਜੇ ਬਣਾ? ਮੇਰਾ ਨਾਮ ਬਲਜੀਤ ਸਿੰਘ ਚੌਹਾਨ ਹੈ ਜੀ। ਚਲ ਅੱਜ ਦੱਸੋ ਪੁਤਲਾ ਫੁੱਕੇ, ਦੱਸੋ ਕਿ ਮੈਟਰ ਅੱਜ ਦਾ ਜਿਹੜਾ ਪੁਤਲਾ ਫੁੱਕਿਆ ਸਾਡੀ ਸਮੁੱਚੀ ਪਟਿਆਲੇ ਦੀ ਸਮੂਹ ਭਾਰਤੀ ਬਲਾਦਰੀ ਵੱਲੋਂ ਸਰਬੱਤ ਭਾਰਤ ਸੇਵਾ ਦਲ ਦਾ ਦਾਸ ਮੁੱਖ ਸੇਵਾਦਾਰ ਹੋਣ ਦੇ ਨਾਤੇ ਜੋ ਮੋਦੀ ਦੀਆਂ ਜੋ ਕਾਲੀਆਂ ਕਰਤੂਤਾਂ ਜੋ ਕਾਲੇ ਕਾਨੂੰਨ ਲਿਆਉਂਦੇ ਹਨ ਜੋ ਅੱਜ ਅਸੀਂ ਦੇਖ ਰਹੇ ਹਾਂ ਦਿੱਲੀ ਦੇ ਵਿੱਚ ਸਾਡੇ ਸਿੱਖ ਭਰਾਵਾਂ ਨਾਲ ਜੋ ਇੰਨਾ ਵਿਰੋਧ ਹੋ ਰਿਹਾ ਹੈ ਸਿੱਖ ਭਰਾਵਾਂ ਸਾਡਿਆਂ ਦਾ ਇੰਨਾ ਮਤਲਬ ਧੱਕਾ ਕੀਤਾ ਜਾ ਰਿਹਾ ਮੋਦੀ ਸਰਕਾਰ ਵੱਲੋਂ ਸੋ ਅਸੀਂ ਇਹੀ ਅਪੀਲ ਕਰਦੇ ਹਾਂ ਕਿ ਮੋਦੀ ਸਰਕਾਰ ਨੂੰ ਕਿ ਦੇਖੋ ਜੇ ਅੱਜ ਤੁਸੀਂ ਪੰਜਾਬ ਦੇ ਹਿੰਦੁਸਤਾਨ ਦੇ ਸਾਡੇ ਪ੍ਰਾਈਮ ਮਿਨਿਸਟਰ ਬਣੇ ਹੋ ਤਾਂ ਜੇ ਗੋਰੇ ਚਲੇ ਗਏ ਤਾਂ ਕਾਲੇ ਆ ਗਏ ਤਾਂ ਅਸੀਂ ਕਹਿੰਦੇ ਹਾਂ ਜੀ ਕਿ ਸਾਡਾ ਜਿਹੜਾ ਹੱਕ ਹੈ ਕਿਸਾਨਾਂ ਦਾ ਉਹ ਨਾ ਖੋਇਆ ਜੇ ਉਹਨਾਂ ਨੂੰ ਦਿੱਤਾ ਜਾਵੇ ਅਤੇ ਜੋ ਸਾਡੀ ਮੰਗ ਹੈ ਉਹ ਪੂਰੀ ਕੀਤੀ।